ਸੜਕ ਸਾਡੇ ਕੋਲੋਂ ਇਹ ਜੀ ਖਾਸ ਕਹਿ ਨਹੀਂ ਮਾਮੂਲੀ ਇਵੇਂ ਬਣਾਇਆ ਇਹਨੇ ਲੇਕਿਨ ਉਹ ਵੀ ਗਲ ਗਏ ਬਾਰਿਸ਼ ਦੀ ਵਜ੍ਹਾ ਨਾਲ ਇੱਥਾਂ ਕੋਈ 4x4 ਗੱਡੀ ਆਉਂਦੇ ਨਾ ਤਾਂ ਹਰ ਕੋਈ ਗੱਡੀ ਆ ਨਹੀਂ ਸਕਦਾ ਓਏ ਸੇ ਆਪਨੇ ਆਏ ਹੋਏ ਰੋਡ ਵੀ ਦੇਖਾ ਹੈ ਕਿ ਕਿਤਨਾ ਬੜੀ ਮੁਸ਼ਕਿਲ ਸੇ ਆਇਆ ਹੈ ਰੋਡ ਰਸਤਾ ਬਹੁ ਖਰਾਬ ਹੈ ਅਗਰ ਕੋਈ ਬਾਰਿਸ਼ ਮਾਰਿਸ਼ ਆ ਵਜੇ ਪਿੱਛੇ ਰਸਤਾ ਵੀ ਕਹਿ ਨਹੀਂ ਅਗਰ ਖੁਸ਼ਕੀ ਮੈਂ ਤਾਂ ਪਿੱਛੇ ਕੁਝ ਨਾ ਕੁਝ ਰਸਤਾ ਬਣ ਵਜੇ ਪਹਾੜੀ ਇਲਾਕੇ 'ਚ ਬਾਰਿਸ਼ ਦੀ ਵਜ੍ਹਾ ਕਰਕੇ ਸਾਡੇ ਮਕਾਨ ਸ਼ਕਾਨ ਹੀ ਠਹਿ ਗਏ ਨੇ ਬਾਰਿਸ਼ਾਂ ਥੀਂਦੇ ਸਾਡੇ ਕੋਲੋਂ ਕੋਈ ਫਸਲ ਵਗੈਰਾ ਥੀਂਦੇ ਨਾ ਤਾਂ ਸਾਡਾ ਔਖਾ ਗੁਜ਼ਾਰਾ ਹੈ ਪਿਆਜ਼ ਖਾਤੇ ਹੈ ਲੂਣੀ ਪਾਣੀ ਵਿੱਚ ਰਲਾਉਂਦੇ ਹੈ ਮਿਰਚੀ ਰਲਾ ਕੇ ਅਤੇ ਪਿੱਛੇ ਮੈਂ ਖਾ ਗਏ ਰੋਟੀ ਸਾਰਿਆਂ ਦਾ ਗੁਜ਼ਾਰਾ ਇਹੋ ਮਾਲ ਮਵੇਸ਼ੀ ਥੀ ਜਾਂ ਜ਼ਮੀਨ ਅਤੇ ਬਾਰਿਸ਼ ਨਾਲ ਪਾਣੀ ਥੀਂਦੇ ਕਣਕ ਥੀਂਦੇ ਉਹ ਮਤਲਬ ਹੈ ਕਾਰੋਬਾਰ ਉਹ ਹੈ ਬੱਕਰੀ ਸਹੀ ਸਾਡੇ ਕੋਲ 4-5 ਹਨ ਉਹ ਤਕਰੀਬਨ ਸਾਲ ਦੇ ਵਿੱਚ ਇੱਕ ਦੂਜਾ ਬੱਚੇ ਉਹਨਾਂ ਦੇ ਜੰਮਦੇ ਹਨ ਉਹ ਵੇਚ ਕੇ ਮਤਲਬ ਦਾਣੇ ਚਗਿੰਦੇ ਹੈ ਅਤੇ ਉਹ ਵਾਲੇ ਕੁੜੀਆਂ ਦੇ ਆਪ ਖਾਂਦੇ ਹੈ ਉਹ ਬੱਕਰੇ ਦਾ ਗੋਸ਼ਤ ਹਨ ਤਕਰੀਬਨ ਅਸਾਂ ਗਿਣ ਕੇ ਬੱਕਰੇ ਦਾ ਗੋਸ਼ਤ ਖਾਧਾ ਕੋਈ ਹਨ ਤਕਰੀਬਨ 15 ਸਾਲ ਕੋਲੋਂ ਪਹਿਲੇ ਬਾਅਦ ਇਸ ਅਸਾਂ ਮੁੱਲ ਗਿਣ ਕੇ ਕੋਈ ਨਹੀਂ ਖਾਧਾ ਬਹੁਮੁਲਾ ਸਫ਼ਰ ਹੈ 4 ਘੰਟੇ ਦੀ ਸਾਡੇ ਬਹੁਤ ਦੇ ਸਫ਼ਰ ਹੈ ਇੱਥੇ ਤੱਕ ਪਹਾੜੀ ਇਲਾਕਾ ਹੈ ਬੱਸ ਲੱਗਦਾ ਆਉਂਦਾ ਕੋਈ ਨਹੀਂ ਸਰਕਾਰੀ ਨਹੀਂ ਸਹੀ ਸਕਦਾ ਤਾਂ ਕੋਈ ਆਵੇ ਤਾਂ ਗੋਸ਼ਤ ਰਸਤੇ 'ਚ ਖਰਾਬ ਥੀ ਵੈਂਦੇ ਕੁਰਬਾਨੀ ਦਾ ਗੋਸ਼ਤ ਗੋਸ਼ਤ ਵਗੈਰਾ ਸਾਡੇ ਕੋਲੋਂ ਤਾਂ ਮੁਸ਼ਕਿਲ ਹੁੰਦੇ ਕਈ ਕਈ ਵੇਲੇ ਕੋਈ ਖਰਾਇਤ ਮਰਾਇਤ ਕਰੇ ਸੀ ਤਾਂ ਹੁੰਦੇ ਨਾ ਤਾਂ ਮੁਸ਼ਕਿਲ ਹੈ ਅਨ ਤਕਰੀਬਨ ਮੌਜ਼ਾ ਸਰਫਰਾਗ ਦੇ ਵਿੱਚ ਅਨ ਤਕਰੀਬਨ 150-200 ਘਰ ਹੈ ਗਰੀਬ ਲੋਕ ਇਹਨੂੰ ਨਹੀਂ ਕੁਰਬਾਨੀ ਕਰ ਸਕਦੇ ਗੋਸ਼ਤ ਦੇ ਪੈਸੇ ਸਾਡੇ ਕੋਲੋਂ ਕਈ ਨਹੀਂ ਗਿਣਨ ਦੇ ਅਸਾਂ ਗਰੀਬ ਹੈ ਅਸਾਂ ਮਸਾਂ ਹੀ ਟੁੱਕਰ ਖਾਂਦੇ ਹਾਂ ਜੋ ਡਿਮਾਰ ਦਾ ਕਈ ਵੇਲੇ ਭੁੱਖਾ ਕਈ ਵੇਲੇ ਤਸਾ ਰੋਟੀ ਦੋ ਸਾਲ ਪਹਿਲੇ ਕੁਰਬਾਨੀ ਅਸਾਂ ਕੀਤੇ ਉਹਦੇ ਬਾਵਜੂਦ ਇੱਕ ਘਰ ਸਾਲੀ ਥੇ ਸਾਲ ਸਾਡੇ ਕੋਲੋਂ ਬੱਕਰੀਆਂ ਗਲ ਗਏ ਤਾਂ ਉੱਥੋਂ ਕੋਲ ਬਾਅਦ ਵੱਲ ਇਹ ਬਾਰਿਸ਼ਾਂ ਥੀ ਬੱਕਰੀਆਂ ਮਰ ਗਏ ਪਾ ਕੁਰਬਾਨੀ ਆਸਾਨੀ ਸੇ ਕਰ ਸਕਦੇ ਅਸਾਂ ਗਰੀਬ ਲੋਕ ਹੈ ਫੰਡਰ ਹੋਵੇ ਜਾਂ ਕੋਈ ਬੱਕਰਾ ਹੋਵੇ ਭੇਡ ਹੋਵੇ ਉਹ ਇੱਥਾਂ ਹੀ ਖੇਨ ਆਵੇ ਇੱਥਾਂ ਹੀ ਅਸਾਂ ਖੈਰਾਤ ਕਰਕੇ ਲੋਕ ਕੋ ਵਰਤਾ ਦੇ ਸੂ ਲੋਕ ਬਹੁ ਬਹੁ ਖੁਸ਼ ਥੀ ਸਨ ਉਹਨਾਂ ਦੇ ਬੱਚੇ ਹੀ ਦੁਆਈ ਦੇ ਸਨ ਅਲਖੈਰ ਫੁਰਨੀਸ਼ਨ ਵਾਲੇ ਅਗਰ ਇੱਥਾਂ ਆਵੇਨ ਬੱਕਰੇ ਦਾ ਗੋਸ਼ ਤਕਸੀਮ ਕਰਨ ਤਾਂ ਕੁਰਬਾਨੀ ਵਾਸਤੇ ਉਹ ਅਗਰ ਔਖਾ ਮੁਸ਼ਕਿਲਾਂ ਰਸਤਾ ਹੀ ਪਾਸ ਕਰ ਆਵੇਨ ਸਾਰੇ ਇਲਾਕੇ ਵਾਲੇ ਮੁਸਤਹਿਕ ਹਨ ਪਿਛਲੇ ਸਾਲ ਵੀ ਇਹ ਤਕਸੀਮ ਕਰਨ ਦੇ ਰਹਿ ਗਏ ਦੇਂਦੇ ਰਹਿ ਗਏ ਤਾਂ ਇਹ ਸਾਲ ਵੀ ਸਾਡੇ ਨਾਲ ਤਾਵਨ ਕਰਨ ਉਹਨਾਂ ਦੇ ਅਸਾਂ ਸ਼ੁਕਰ ਗੁਜ਼ਾਰ ਹਾਂ